ਰਖੀਲਾ ਭਾਅ ਜੀ ਬਹੁਤ ਪਿਆਰੇ ਨੇ, ਇਹ ਐਸੇ ਇਨਸਾਨ ਹੈ ਜਿਹਨਾਂ ਨੇ ਬੜੀ ਜ਼ਿੰਦਗੀ 'ਚ ਮਿਹਨਤ ਕੀਤੀ। ਕਈ ਵਾਰ ਬੰਦੇ ਕਹਿੰਦੇ ਹੁੰਦੇ ਕਿ ਇੱਕ ਗਾਣਾ ਚੱਲ ਗਿਆ ਸ਼ਾਇਦ ਸਟਾਰ ਹੈ, ਪਤਾ ਨਹੀਂ 30-40 ਸਾਲ ਦਾ ਕੈਰੀਅਰ ਹੈ ਗਾਇਕੀ ਦੇ ਵਿੱਚ ਤਾਂ ਕਿਤੇ ਬੰਦੇ ਸਟਾਰ ਬਣ ਜਾਂਦੇ। ਇੱਕ ਵਾਰ ਮੈਨੂੰ ਯਾਦ ਹੈ ਬੂਟਾ ਮੁਹੰਮਦ ਜੀ, ਉਹਨਾਂ ਦੇ ਫਾਦਰ ਸਾਹਿਬ ਦੀ ਬਰਸੀ ਚੱਲ ਰਹੀ ਸੀ ਔਰ ਸੁਰਾਂ ਦੇ ਦਿੱਗਜ ਬੰਦੇ ਅੱਗੇ ਬੈਠੇ, ਸਰਦੂਲ ਭਾਅ ਜੀ, ਸਾਬਰਕੋਟੀ ਸਾਹਿਬ ਸਾਰੇ ਅੱਗੇ ਬੈਠੇ ਸੀ। ਜਦੋਂ ਮਨਜਿੰਦਰ ਗੁਰਸ਼ਨ ਜੀ ਨੇ ਗਾਣਾ ਗਾਇਆ ਨਾ, ਉਹ ਬਕਾਇਦਾ ਉੱਠ ਕੇ ਆਪ ਆਏ ਪੈਸੇ ਦੇਣ, ਕਹਿੰਦੇ ਸੁਰ ਤਾਂ ਸੁਰ ਹੀ ਹੁੰਦਾ ਨਾ। ਇਸ ਕਰਕੇ ਉਹਨਾਂ ਨਾਲ ਬੜਾ ਪਿਆਰ, ਇਹਨਾਂ ਨੂੰ ਮੁਹੱਬਤ ਨਵਾਜ਼ੀ ਹੈ। ਮੈਂ ਉਦੋਂ ਛੋਟਾ ਹੀ ਹੁੰਦਾ ਸੀ, ਸ਼ੁਰੂ ਹੋਇਆ ਸੀ, ਬਹੁਤ ਵੱਡੀ ਗੱਲ ਹੈ। ਹਜੇ ਇਹਨਾਂ ਨੇ ਗਾਉਣਾ ਹੀ ਸ਼ੁਰੂ ਕੀਤਾ, ਸਕੇਲ ਹੀ ਲਾਇਆ, ਉਹਨਾਂ ਨੂੰ ਪਤਾ ਲੱਗ ਗਿਆ ਬਕਾਇਦਾ। ਸੋ ਹਾਂਜੀ, ਇਹ ਬਿਲਕੁਲ ਸੱਚ ਗੱਲ ਹੈ। ਜਦੋਂ ਦੀ ਇਹ ਗੱਲ ਕਰ ਰਹੇ ਨੇ ਗੋਟਾ ਮੁਹੰਮਦ ਜੀ, ਸਾਡੇ ਚਾਚਾ ਜੀ, ਉਹਨਾਂ ਦੇ ਪਿੰਡ ਮੇਲਾ ਸੀ, ਸਰਦੂਲ ਭਾਅ ਜੀ, ਨਛੱਤਰ ਗਿੱਲ ਜੀ, ਹੋਰ ਵੀ ਬਹੁਤ ਸਾਰੇ, ਤਕਰੀਬਨ ਸਾਰੇ ਮੋਸਟਲੀ ਸਾਰੇ ਸਿੰਗਰ ਸੀਗੇ, ਬੈਠੇ ਹੋਏ ਸੀਗੇ ਔਰ ਅਸੀਂ ਗੀਤ ਗਾਇਆ ਸੀ ਸਤਿ ਸ਼੍ਰੀ ਅਕਾਲ। ਔਰ ਦੇਬੀ ਮਖਸੂਸਪੁਰੀ ਬਹੁਤ ਅੱਛੇ ਰਾਈਟਰ ਨੇ, ਮੇਰੇ ਖਿਆਲ 'ਚ ਸ਼ਿਵ ਕੁਮਾਰ ਤੋਂ ਬਾਅਦ ਉਹੀ ਨੇ, ਬਾਕਮਾਲ। ਉਹਨਾਂ ਨੇ ਉੱਠ ਕੇ ਸਾਨੂੰ ਇਨਾਮ ਵੀ ਦਿੱਤਾ ਔਰ ਫਿਰ ਕਿਹਾ ਕਿ ਇੱਕ ਵਾਰੀ ਦੁਬਾਰਾ ਫਿਰ ਇਹੀ ਲਾਈਨ ਦੁਬਾਰਾ ਕਹੋ। ਸੋ ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਸਰਦੂਲ ਭਾਜੀਆਂ ਨੇ ਸਪੈਸ਼ਲੀ ਉੱਠ ਕੇ ਸ਼ਾਬਾਸ਼ ਦਿੱਤੀ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਰਦੂਲ ਭਾਜੀਆਂ ਦਾ ਲਾਈਵ ਹੈ ਫਿਰੋਜ਼ਪੁਰ 'ਚ ਸਾਡਾ ਖੜਾ ਸੀ ਔਰ ਉਹਨਾਂ ਨੇ ਲਾਈਵ ਇਹ ਬੋਲਿਆ। ਵੈਸੇ ਸੋਰੀ, ਇਹ ਮੈਂ ਬਹੁਤ ਵੱਡੀ ਗੱਲ ਕਹਿਣ ਲੱਗੀ ਹਾਂ ਕਿ ਅੱਜ ਦੇ ਅਮਰਜੋਤ ਤੇ ਚਮਕੀਲਾ ਜੀ ਸਾਨੂੰ ਇਹ ਖਿਤਾਬ ਦਿੱਤਾ ਸਰਦੂਲ ਸਿਕੰਦਰ ਜੀਆਂ ਨੇ। ਸੋ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ ਜੀ, ਅਸੀਂ ਕੁਛ ਵੀ ਨਹੀਂ ਹਾਂ, ਕੁਛ ਵੀ ਨਹੀਂ ਹਾਂ ਅਸੀਂ। ਤੁਸੀਂ ਸਾਨੂੰ ਮਾਣ ਬਖਸ਼ਿਆ, ਸਾਨੂੰ ਇੱਥੇ ਇੱਥੋਂ ਇੱਥੇ ਬਿਠਾਇਆ, ਸਾਡੇ ਲਈ ਬਹੁਤ ਵੱਡੀ ਗੱਲ ਹੈ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਸੋ ਸਾਨੂੰ ਆਉਣ ਸਾਰੀ ਫਰਮਾਇਸ਼ ਹੋਈ ਸੀ ਕਿ ਸਿੱਧੂ ਵੀਰੇ ਦਾ ਗਾਣਾ ਕੋਈ ਨਾ ਕੋਈ ਜ਼ਰੂਰ ਲਾਇਓ। ਸੋ ਸਿੱਧੂ ਮੂਸੇਵਾਲੇ ਦਾ ਗਾਣਾ ਗਾਉਣ ਲੱਗੇ ਹਾਂ, ਗਾਦੀਏ ਡੋਲਰ, ਤਾੜੀਆਂ ਮਾਰ ਦਿਓ ਇੱਕ ਵਾਰੀ। ਥੈਂਕ ਯੂ। ਸੋ ਮੈਂ ਦੱਸਦਾ ਕਿ ਬਹੁਤ ਸਾਰਾ ਪਿਆਰ ਹੈ ਸਾਡਾ ਉਸ ਪਰਿਵਾਰ ਨਾਲ, ਸਿੱਧੂ ਮੂਸੇਵਾਲੇ ਸਾਡੇ ਪੁਰਾਣਾ, ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਔਰ ਇਸ ਦੇ ਦਿਲ ਵਿੱਚ ਹਮੇਸ਼ਾ ਰਹੂਗਾ ਜਦੋਂ ਤੱਕ ਸਾਡੀ ਜ਼ਿੰਦਗੀ ਹੈ। ਹਰ ਇੱਕ ਸਟੇਜ 'ਤੇ ਅਸੀਂ ਯਾਦ ਕਰਦੇ ਹਾਂ, ਅੱਜ ਵੀ ਕਰਨ ਲੱਗੇ ਹਾਂ। ਡੋਲਰ ਸਾਡੇ ਵਾਂਗੂ ਸਾਡੀਆਂ ਨੀ ਬੱਲੇ ਕੱਲੇ ਸਟਣਕਾਰਾਂ ਨੇ, ਅਸੀਂ ਅੰਡਰਗਰਾਉਂਡ ਬੰਦੇ ਉੱਪਰ ਤੱਕ ਮਾਰਾਂ ਨੇ।
ਨਾ